Hello students, welcome to Education Tree Academy. As Punjab PCS 2024 notification can be out any time soon, the Education Tree Academy ਤੁਹਾਡੇ preparation ਨੂੰ strengthen ਕਰਨ ਦੇ ਲਈ ਜਿੰਨੇ ਵੀ PYQs ਨੇ from 2012 till 2021 ਜਿੰਨੇ ਵੀ exam ਹੋਏ ਨੇ ਪੰਜਾਬ PCS ਦੇ, ਇਹਨਾਂ ਸਾਰਿਆਂ ਨੂੰ ਇੱਕ subject wise compilation ਦੇ ਵਿੱਚ ਅਸੀਂ ਤਿਆਰ ਕਰ ਰਹੇ ਹਾਂ ਕੁਐਸਚਨਸ ਨੂੰ, ਤਾਂ ਕਿ ਤੁਹਾਡੀ ਪ੍ਰੈਪਰੇਸ਼ਨ ਨੂੰ ਕੀ ਆ ਸਟਰੈਂਥਨ ਕੀਤਾ ਜਾ ਸਕੇ, ਤੁਹਾਨੂੰ ਆਈਡੀਆ ਲੱਗ ਸਕੇ ਕਿ ਕਿਹੜੇ ਸਬਜੈਕਟ ਦੇ ਵਿੱਚ ਉਹ ਕਿਸ ਟਾਈਪ ਦੇ ਕੁਐਸਚਨਸ ਪੁੱਛੇ ਗਏ ਨੇ, ਠੀਕ ਹੈ ਜੀ। ਤਾਂ 2012 ਤੋਂ ਲੈ ਕੇ 2021 ਤੱਕ ਜੇ ਤੁਸੀਂ ਪੰਜਾਬ PCS ਦੇ ਐਗਜ਼ਾਮੀਨੇਸ਼ਨ ਦੇਖੋਗੇ, ਇਟ ਵਾਜ਼ ਹੈਲਡ ਇਨ 2012, ਇਟ ਵਾਜ਼ ਹੈਲਡ ਇਨ ਦੈਨ 2013, 2015, 2018 ਐਂਡ 2021। ਤਾਂ ਇਹ ਪੰਜੋ ਜਿਹੜੇ ਤੁਹਾਡੇ ਪੰਜਾਬ PCS ਦੇ ਇਗਜ਼ਾਮ ਹੋਏ ਨੇ, ਇਹਨਾਂ ਨੂੰ ਅਸੀਂ ਇੱਕ ਵੀਡੀਓ ਦੇ ਵਿੱਚ ਸਬਜੈਕਟ ਵਾਈਜ਼ ਕੰਪਾਈਲ ਕਰਕੇ ਤੁਹਾਨੂੰ ਆਈਡੀਆ ਦੇਵਾਂਗੇ ਕਿ ਤੁਹਾਡੀ ਪ੍ਰੈਪਰੇਸ਼ਨ ਕਿਸ ਟਾਈਪ ਦੀ ਹੋਣੀ ਚਾਹੀਦੀ ਹੈ, ਜਾਂ ਜੇ ਤੁਸੀਂ ਪ੍ਰੈਪਰੇਸ਼ਨ ਕਰਦੇ ਹੋ ਤੁਹਾਨੂੰ ਕਿਸ ਟਾਈਪ ਦੇ ਕੁਐਸਚਨਸ ਐਕਸਪੈਕਟਡ ਨੇ। ਤਾਂ ਇਹ ਬੜੀ ਯੂਜ਼ਫੁਲ ਸੀਰੀਜ਼ ਰਹਿਣ ਵਾਲੀ ਆ ਜਿੰਨੇ ਵੀ ਸਟੂਡੈਂਟਸ ਪੰਜਾਬ PCS ਦੀ ਪ੍ਰੈਪਰੇਸ਼ਨ ਕਰ ਰਹੇ ਨੇ, ਠੀਕ ਹੈ ਜੀ। ਸੋ ਵਿਦਆਊਟ ਵੇਸਟਿੰਗ ਯੋਰ ਟਾਈਮ, ਤਾਂ ਦੇਖੋ ਜਿਵੇਂ ਤੁਹਾਡੇ ਸਕਰੀਨ 'ਤੇ ਵਿਜ਼ੀਬਲ ਹੈ ਪੋਲਿਟੀ, ਤਾਂ ਪਹਿਲਾ ਸਬਜੈਕਟ ਹੈ ਜਿਹੜਾ ਅਸੀਂ ਤੁਹਾਨੂੰ ਜਿਹੜਾ ਦੱਸ ਰਹੇ ਹਾਂ ਵੀ 2012 ਦੇ ਵਿੱਚ ਪੋਲਿਟੀ ਦੇ ਵਿੱਚ ਕਿਹੜੇ ਪ੍ਰੀਵੀਅਸ ਈਅਰ ਕੁਐਸਚਨਸ ਆਏ, ਠੀਕ ਹੈ ਜੀ। ਸੋ 2012 ਤੋਂ ਬਾਅਦ 2013, 2015, ਤਾਂ ਇਸ ਤਰੀਕੇ ਨਾਲ ਆਪਾਂ ਸਾਰੇ ਕੁਐਸਚਨਸ ਕੀ ਹੈ ਸਬਜੈਕਟ ਵਾਈਜ਼ ਐਂਡ ਈਅਰ ਵਾਈਜ਼ ਵਿਲ ਬੀ ਟੇਕਿੰਗ। ਸੋ ਦੇਖੋ ਦ ਫਸਟ ਕੁਐਸਚਨ ਵਾਜ਼ ਇਨ 2012 ਜਿਹੜਾ ਪੋਲਿਟੀ ਦੇ ਵਿੱਚ ਆਇਆ, ਇਨ ਪੰਜਾਬ ਦ ਮੈਕਸੀਮਮ ਨੰਬਰ ਆਫ ਮਿਨਿਸਟਰਸ ਕੈਨ ਬੀ। ਦੇਖੋ ਹੁਣ ਇਹ ਕੋਈ ਬੁੱਕ ਮੈਨਸ਼ਨ ਨਹੀਂ ਕਰਦੀ ਹੈ, ਕੁਐਸਚਨ ਹੈ ਜਿਹੜਾ, ਤਾਂ ਤੁਹਾਨੂੰ ਇਸ ਚੀਜ਼ ਨੂੰ ਆਨਸਰ ਕਰਨ ਦੇ ਲਈ ਕੀ ਪਤਾ ਹੋਣਾ ਚਾਹੀਦਾ, 91st ਕੰਸਟੀਟਿਊਸ਼ਨਲ ਅਮੈਂਡਮੈਂਟ ਐਕਟ 2003, ਠੀਕ ਹੈ ਜੀ। ਤਾਂ 91st ਕੰਸਟੀਟਿਊਸ਼ਨ ਅਮੈਂਡਮੈਂਟ ਐਕਟ 2003 ਹੈ ਜਿਹੜੀ, ਉਹ ਕੀ ਕਹਿੰਦੀ ਹੈ ਕਿ ਦ ਟੋਟਲ ਨੰਬਰ ਆਫ ਮਿਨਿਸਟਰਸ ਇਨਕਲੂਡਿੰਗ ਦ ਚੀਫ ਮਿਨਿਸਟਰ ਸ਼ੈਲ ਨੋਟ ਐਕਸੀਡ 15% ਆਫ ਦ ਟੋਟਲ ਸਟਰੈਂਥ ਆਫ ਸਟੇਟ ਲੈਜਿਸਲੇਟਿਵ ਅਸੈਂਬਲੀ ਜਾਂ ਕਿ ਵਿਧਾਨ ਸਭਾ। ਇਹਦਾ ਮਤਲਬ ਕੀ ਹੈ ਕਿ ਟੋਟਲ ਨੰਬਰ ਆਫ ਮਿਨਿਸਟਰਸ ਚੀਫ ਮਿਨਿਸਟਰ ਨੂੰ ਮਿਲਾ ਕੇ ਜਿੰਨੀ ਸਟਰੈਂਥ ਹੈ ਉਹਦਾ 15% ਤੋਂ ਜ਼ਿਆਦਾ ਨਹੀਂ ਹੋ ਸਕਦੇ। ਸੋ ਪਹਿਲੀ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਸੀਗੀ, ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਸ ਨੇ, 117। ਸੋ 117 ਦੇ ਵਿੱਚੋਂ 100 ਵਿੱਚ ਕਿੰਨਾ ਆ ਗਿਆ, 15%, ਐਂਡ 117 ਦਾ ਲਉਂਗੇ ਤੁਸੀਂ ਤਾਂ ਕਿੰਨਾ ਆ ਗਿਆ, 18, ਠੀਕ ਹੈ ਜੀ। ਸੋ ਇਨ ਦਿਸ ਕੇਸ 18 ਵਿਲ ਬੀ ਦਾ ਰਾਈਟ ਆਨਸਰ। ਤਾਂ ਹੁਣ ਜੇ ਤੁਸੀਂ ਆਪਣੀ ਪ੍ਰੈਪਰੇਸ਼ਨ ਨੂੰ ਹੋਰ ਸਟਰੈਂਥਨ ਕਰਨਾ, ਕਾਉਂਸਲ ਆਫ ਮਿਨਿਸਟਰਸ ਚੈਪਟਰ ਨੂੰ ਹੋਰ ਚੰਗੀ ਤਰ੍ਹਾਂ ਪੜ੍ਹੋ, ਜਿਵੇਂ ਆਰਟੀਕਲ 75, ਆਰਟੀਕਲ 76, ਆਰਟੀਕਲ 78, ਇਹ ਕੀ ਨੇ, ਇਹ ਤੁਹਾਨੂੰ ਟਿਪਸ 'ਤੇ ਹੋਣੇ ਚਾਹੀਦੇ ਨੇ। ਐਂਡ ਅਮੈਂਡਮੈਂਟਸ ਦੇ ਉੱਪਰ ਬਹੁਤ ਕੁਐਸਚਨ ਨੇ, ਅਤੇ ਇਹ ਤੁਸੀਂ ਦੇਖੋਗੇ ਸੀਰੀਜ਼ ਦੇ ਵਿੱਚ ਕਿ ਇੰਪੋਰਟੈਂਟ ਅਮੈਂਡਮੈਂਟਸ 'ਤੇ ਪੰਜਾਬ ਦੇ ਵਿੱਚ ਕਿੰਨੇ ਜ਼ਿਆਦਾ ਕੁਐਸਚਨਸ ਪੁੱਛੇ ਜਾਂਦੇ ਆ, ਠੀਕ ਹੈ ਜੀ। ਸੋ ਨਾਓ ਨੈਕਸਟ ਕੁਐਸਚਨ ਇਜ਼, ਦੇਖੋ ਇਹ ਬਿਲਕੁਲ ਬੇਸਿਕ ਕੁਐਸਚਨਸ ਨੇ,
11th ਸ਼ੈਡਿਊਲ ਆਫ ਦਾ ਇੰਡੀਅਨ ਕੰਸਟੀਟਿਊਸ਼ਨ ਇਜ਼ ਕੰਸਰਨਡ ਵਿਦ ਕਿਸ ਚੀਜ਼ ਦੇ ਨਾਲ ਐਸੋਸੀਏਟਿਡ ਹੈ। ਹੁਣ ਤੁਹਾਨੂੰ ਪਤਾ ਟੋਟਲ ਕਿੰਨੇ ਸ਼ੈਡਿਊਲ ਹੈ, 12 ਸ਼ੈਡਿਊਲ ਹੈ ਕੰਸਟੀਟਿਊਸ਼ਨ। ਨਾਓ ਇਸ ਵਾਰ UPSC 2024 ਦੇ ਵਿੱਚ ਵੀ ਪਾਰਟਸ ਦੇ ਉੱਪਰ ਕੁਐਸਚਨ ਆਇਆ ਹੈ ਕਿ ਕਿਹੜਾ ਪਾਰਟ ਕਿਹੜੇ ਕਿਸ ਨਾਲ ਐਸੋਸੀਏਟਿਡ ਹੈ। ਸੋ ਇੱਥੇ ਕੀ ਪੁੱਛ ਰਹੇ ਨੇ, ਸ਼ੈਡਿਊਲਸ। ਸੋ ਪਾਰਟਸ ਅਤੇ ਸ਼ੈਡਿਊਲਸ ਤੁਹਾਨੂੰ ਕੀ ਆ, ਰਟੇ ਹੋਣੇ ਚਾਹੀਦੇ ਨੇ ਸਾਰੇ। 11th ਸ਼ੈਡਿਊਲ ਕਿਹਦੇ ਨਾਲ ਡੀਲ ਕਰਦਾ ਹੈ, 11th ਸ਼ੈਡਿਊਲ ਡਜ਼ ਨਾਟ ਡੀਲ ਵਿਦ ਪੰਚਾਇਤਸ ਐਂਡ ਨਗਰ ਪਾਲਿਕਾਸ, ਠੀਕ ਹੈ। ਇਟ ਡੀਲਸ ਵਿਦ ਵਟ, ਇਟ ਡੀਲਸ ਵਿਦ ਓਨਲੀ ਪੰਚਾਇਤਸ। ਪੰਚਾਇਤਸ ਅਤੇ ਨਗਰ ਪਾਲਿਕਾਸ ਦੇ ਵਿੱਚ ਤਾਂ ਕੀ ਹੈ, 11th ਐਂਡ 12th ਸ਼ੈਡਿਊਲ ਦੋਨੋਂ ਆ ਜਾਣਗੇ। ਅੰਡਰਸਟੈਂਡਿੰਗ ਦਾ ਪੁਆਇੰਟ, ਸੋ ਦਾ ਥਿੰਗ ਇਜ਼ ਦਾ ਰਾਈਟ ਆਂਸਰ ਵਿਲ ਬੀ ਵਟ, ਡੀ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ 11th ਸ਼ੈਡਿਊਲ, 11th ਸ਼ੈਡਿਊਲ ਡੀਲਸ ਵਿਦ ਪੰਚਾਇਤ, 12th ਸ਼ੈਡਿਊਲ ਡੀਲਸ ਵਿਦ ਮਿਊਨਿਸਪੈਲਿਟੀਜ਼, ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਵਿਚ ਵਾਜ਼ ਆਸਕਡ ਇਨ 2012 ਵਾਜ਼, ਦੇਖੋ ਫੇਰ ਅਮੈਂਡਮੈਂਟ ਦੇ ਕੁਐਸਚਨ। ਦਾ ਪ੍ਰੋਵੀਜ਼ਨਸ ਆਫ ਡਿਸਟ੍ਰਿਕਟ ਪਲੈਨਿੰਗ ਕਮੇਟੀ ਇਜ਼ ਗਿਵਨ ਇਨ ਵਿਚ ਅਮੈਂਡਮੈਂਟ, 73rd ਅਮੈਂਡਮੈਂਟ ਐਕਟ ਹੈ ਜਿਹੜੀ ਉਹ ਪੰਚਾਇਤ ਨਾਲ ਐਸੋਸੀਏਟਿਡ ਹੈ, 74th ਅਮੈਂਡਮੈਂਟ ਐਕਟ ਹੈ ਜਿਹੜੀ ਉਹ ਮਿਊਨਿਸਪੈਲਿਟੀਜ਼ ਨਾਲ ਐਸੋਸੀਏਟਿਡ ਹੈ। ਮਿਊਨਿਸਪੈਲਿਟੀਜ਼ ਦੇ ਵਿੱਚ ਹੀ ਕੀ ਆਉਂਦੀਆਂ ਨੇ, ਡਿਸਟ੍ਰਿਕਟ ਪਲੈਨਿੰਗ ਕਮੇਟੀ। ਸੋ ਡਿਸਟ੍ਰਿਕਟ ਪਲੈਨਿੰਗ ਕਮੇਟੀ, ਮੈਟਰੋਪੋਲੀਟਨ ਪਲੈਨਿੰਗ ਕਮੇਟੀ, ਇਹਨਾਂ ਦਾ ਡਿਫਰੈਂਸ, ਐਵਰੀਥਿੰਗ ਯੂ ਸ਼ੁੱਡ ਨੋ। ਸੋ ਦਾ ਰਾਈਟ ਆਂਸਰ ਵਿਲ ਬੀ ਵਟ, ਬੀ, ਦੈਟ ਇਜ 74th ਅਮੈਂਡਮੈਂਟ ਐਕਟ। ਸੋ ਦੇਖੋ ਹੁਣ ਸ਼ੈਡਿਊਲ 'ਤੇ ਵੀ ਕੁਐਸਚਨ ਪੁੱਛ ਲਿਆ, ਐਜ ਵੈਲ ਐਜ ਵਟ ਅਮੈਂਡਮੈਂਟ 'ਤੇ ਵੀ ਕੁਐਸਚਨ ਪੁੱਛ ਲਿਆ। ਸ਼ੈਡਿਊਲਸ, ਅਮੈਂਡਮੈਂਟ ਅਤੇ ਪਾਰਟ, ਦੀਜ਼ ਥਰੀ ਆਰ ਵੈਰੀ ਇੰਪੋਰਟੈਂਟ ਵੈਨ ਯੂ ਆਰ ਕਵਰਿੰਗ ਯੂਅਰ ਪੋਲੀਟੀ ਸਿਲੇਬਸ। ਨਾਓ ਨੈਕਸਟ ਕੁਐਸਚਨ ਇਜ਼, ਨਾਓ ਦੇਖੋ ਅਗੇਨ ਅਮੈਂਡਮੈਂਟ 'ਤੇ ਕੁਐਸਚਨ, 86th ਅਮੈਂਡਮੈਂਟ 2002 ਇਨਸਰਟਿਡ, ਮਤਲਬ ਇਹਨੇ ਕੀ ਚੀਜ਼ਾਂ ਇਨਸਰਟ ਕੀਤੀਆਂ ਨੇ ਕੰਸਟੀਟਿਊਸ਼ਨ ਦੇ ਵਿੱਚ। ਸੋ ਫਸਟ ਇਜ਼ ਰਾਈਟ ਟੂ ਐਜੂਕੇਸ਼ਨ ਅੰਡਰ ਆਰਟੀਕਲ 21, ਐਬਸਲੂਟਲੀ ਕਰੈਕਟ। ਫੰਡਾਮੈਂਟਲ ਡਿਊਟੀ ਅੰਡਰ ਆਰਟੀਕਲ 51K, ਯੈਸ। ਹੁਣ ਦੇਖੋ ਰਾਈਟ ਟੂ ਐਜੂਕੇਸ਼ਨ ਹੈ ਜਿਹੜਾ 21A ਦਾ ਪਾਰਟ ਵੀ ਬਣਿਆ, ਇਟ ਵਾਜ਼ ਐਡਿਡ ਇਨ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਆਲਸੋ, ਵਿਚ ਇਜ਼ ਨੋਟ ਮੈਂਸ਼ਨਡ ਹੇਅਰ, ਐਂਡ ਇਟ ਇਜ਼ ਏ ਪਾਰਟ ਆਫ ਫੰਡਾਮੈਂਟਲ ਡਿਊਟੀ ਆਲਸੋ। ਸੋ ਦਾ ਰਾਈਟ ਆਂਸਰ ਵਿਲ ਬੀ ਵਟ, ਸੀ, ਬੋਥ ਆਫ ਦਾ ਅਬਵ। ਤਾਂ ਤੁਹਾਨੂੰ ਰਾਈਟ ਟੂ ਐਜੂਕੇਸ਼ਨ ਐਕਟ ਦੇ ਸਾਰੇ ਫੀਚਰਸ, ਐਜ਼ ਵੈਲ ਐਜ਼ ਕਿ ਡਾਇਰੈਕਟਿਵ ਪ੍ਰਿੰਸੀਪਲਸ ਦੇ ਵਿੱਚ ਇਹਦੀ ਕਿੱਥੇ ਪੁਜੀਸ਼ਨਿੰਗ ਹੈ, ਕਿਹੜਾ ਪਰਟੀਕੁਲਰ ਆਰਟੀਕਲ ਹੈ, ਸੋ ਯੂ ਮਸਟ ਨੋ ਈਚ ਐਂਡ ਐਵਰੀਥਿੰਗ, ਕਲੀਅਰ। ਸੋ ਨਾਓ ਨੈਕਸਟ ਕੁਐਸਚਨ ਵਿਚ ਵਾਜ਼ ਆਸਕਡ ਇਜ਼, ਹਾਂਜੀ, ਸੋ ਵੈਰੀ ਬੇਸਿਕ ਕੁਐਸਚਨ, ਹੂ ਟਰਮਡ ਦਾ ਰਾਈਟ ਟੂ ਕੋਨਸਟੀਟਿਊਸ਼ਨਲ ਰੈਮਡੀਜ਼ ਐਜ਼ ਹਾਰਟ ਐਂਡ ਸੋਲ ਆਫ ਦਾ ਕੰਸਟੀਟਿਊਸ਼ਨ। ਤਾਂ ਦੇਖੋ ਹਾਰਟ ਐਂਡ ਸੋਲ ਹੈ ਜਿਹੜਾ ਕੰਸਟੀਟਿਊਸ਼ਨ ਦਾ, ਉਹ ਕਿਹਨੇ ਕਿਹਾ, BR ਅੰਬੇਦਕਰ ਨੇ। ਕਿਹੜੇ ਆਰਟੀਕਲ ਨੂੰ ਕਿਹਾ ਹੈ, ਆਰਟੀਕਲ 32 ਨੂੰ, ਹਾਰਟ ਐਂਡ ਸੋਲ। ਹਾਰਟ ਐਂਡ ਸੋਲ ਆਰਟੀਕਲ 32 ਕੀ ਹੈ, ਰਾਈਟ ਟੂ ਕੋਨਸਟੀਟਿਊਸ਼ਨਲ ਰੈਮਡੀਜ਼। ਰਾਈਟ ਟੂ ਕੋਨਸਟੀਟਿਊਸ਼ਨ ਰੈਮਡੀਜ਼ ਦੇ ਵਿੱਚ 5 ਰਿਟਸ ਆਉਂਦੀਆਂ, ਤੁਹਾਨੂੰ ਪਤਾ ਹੋਊਗਾ, ਹੈਬੀਅਸ ਕਾਰਪਸ, ਮੈਂਡਮਸ, ਪ੍ਰੋਹਿਬਿਸ਼ਨ, ਸਿਸ਼ੋਰੀਆ ਐਂਡ ਕੋਵਰੈਂਟੋ। ਤਾਂ ਇਹਨੂੰ ਕਿਉਂ ਬੋਲਿਆ ਗਿਆ ਹਾਰਟ ਐਂਡ ਸੋਲ ਆਫ ਦਾ ਕੰਸਟੀਟਿਊਸ਼ਨ ਜਾਂ ਰਾਈਟ ਟੂ ਕੰਸਟੀਟਿਊਸ਼ਨ ਰੈਮਡੀ, ਕਿਉਂਕਿ ਅੰਬੇਦਕਰ ਸਾਹਿਬ ਨੇ ਇਹ ਚੀਜ਼ ਦਿੱਤੀ ਹੈ ਆਰਟੀਕਲ 32 ਦੇ ਅੰਦਰ। ਇਹਨੂੰ ਇਹ ਵੀ ਕਿਹਾ ਕਿ ਆਪਾਂ ਡਾਇਰੈਕਟਲੀ ਸੁਪਰੀਮ ਕੋਰਟ ਅਪਰੋਚ ਕਰ ਸਕਦੇ ਹਾਂ ਆਪਣੇ ਕਿਸੇ ਵੀ ਪਰਟੀਕੁਲਰ ਕੀ ਹੈ ਚੀਜ਼ ਦੇ ਵਿੱਚ, ਠੀਕ ਹੈ।
ਠੀਕ ਹੈ ਨਾ। ਸੋ ਦੈਟ ਇਜ਼ ਦ ਥਿੰਗ। ਸੋ ਡਾਕਟਰ ਬੀ ਆਰ ਅੰਬੇਦਕਰ ਦੇ ਅਕੋਰਡਿੰਗਲੀ ਹੈ, ਬੀ ਆਰ ਅੰਬੇਦਕਰ ਇੱਥੇ ਮੈਂਸ਼ਨ ਨਹੀਂ ਹੈ, ਸੋ ਡੀ ਵਿਲ ਬੀ ਦਾ ਰਾਈਟ ਆਨਸਰ, ਨਨ ਆਫ ਦਾ ਅਬਵ ਵਿਲ ਬੀ ਦਾ ਰਾਈਟ ਆਨਸਰ। ਸੋ ਨੈਕਸਟ ਨੈਕਸਟ ਦੇਖੋ, ਨੈਕਸਟ ਇਜ਼ ਅ ਗੁੱਡ ਕੁਐਸਚਨ। ਬੇਸਿਕ ਸਟਰਕਚਰ ਆਫ ਦ ਇੰਡੀਅਨ ਕੰਸਟੀਟਿਊਸ਼ਨ ਕੈਨ ਨੋਟ ਬੀ ਆਲਟਰਡ। ਨਾਓ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਬੇਸਿਕ ਸਟਰਕਚਰ ਹੈ ਕੀ ਹੈ। ਬੇਸਿਕ ਸਟਰਕਚਰ ਕਿੱਥੇ ਦਿੱਤਾ ਹੈ? ਆਰਟੀਕਲ 368 ਇਨ ਪਾਰਟ 20 ਆਫ ਦਾ ਇੰਡੀਅਨ ਕੰਸਟੀਟਿਊਸ਼ਨ। ਸੋ ਪਾਰਟ 20 ਦੇ ਵਿੱਚ ਹੈ, ਆਰਟੀਕਲ 368 ਦੇ ਵਿੱਚ। ਤਾਂ ਬੇਸਿਕ ਸਟਰਕਚਰ ਅੱਜ ਤੱਕ ਡਿਫਾਈਨ ਨਹੀਂ ਹੈ। ਜੇ ਤੁਸੀਂ ਬੇਸਿਕ ਸਟਰਕਚਰ ਦੀ ਬੈਕਗਰਾਊਂਡ ਦੇ ਵਿੱਚ ਜਾਓਗੇ, ਠੀਕ ਹੈ, ਕੇਸ਼ਵਾਨੰਦ ਭਾਰਤੀ ਕੇਸ ਵਰਸਿਸ ਸਟੇਟ ਆਫ ਕੇਰਲਾ। ਤਾਂ ਰੀਸੈਂਟਲੀ ਕੇਸ਼ਵਾਨੰਦ ਭਾਰਤੀ ਜੀ ਦੀ ਡੈਥ ਵੀ ਹੋਈ ਹੈ, ਬਹੁਤ ਇੰਪੋਰਟੈਂਟ ਕੇਸ ਸੀਗਾ। ਤਾਂ ਇਹਦੇ 'ਚ ਸੁਪਰੀਮ ਕੋਰਟ ਦੀ ਕੀ ਜੱਜਮੈਂਟ ਆਈ ਸੀ ਕਿ ਪਾਰਲੀਮੈਂਟ ਕਿਸੇ ਵੀ ਪਾਰਟ ਨੂੰ ਕੰਸਟੀਟਿਊਸ਼ਨ ਦੇ ਚੇਂਜ ਕਰ ਸਕਦਾ, ਬਟ ਵਿਦਾਊਟ ਆਲਟਰਿੰਗ ਦਾ ਬੇਸਿਕ ਸਟਰਕਚਰ ਆਫ ਦਾ ਕੰਸਟੀਟਿਊਸ਼ਨ। ਤਾਂ ਇਹ ਜੱਜਮੈਂਟ ਹੈ ਜਿਹੜੀ ਹੈ ਕਿੱਥੋਂ ਫਲੋ ਹੋਈ ਹੈ? ਜੁਡੀਸ਼ਰੀ ਤੋਂ, ਕੇਸ਼ਵਾਨੰਦ ਭਾਰਤੀ ਕੇਸ ਦੇ ਵਿੱਚ। ਸੋ ਪਹਿਲੀ ਆਪਸ਼ਨ ਦੇਖੋ ਕੀ ਹੈ, ਦਿਸ ਇਜ਼ ਕਲੀਅਰਲੀ ਮੈਂਸ਼ਨਡ ਇਨ ਦਾ ਕੰਸਟੀਟਿਊਸ਼ਨ, ਬਿਲਕੁਲ ਫਾਲਸ। ਇਟ ਵਿਲ ਨੈਗੇਟਿਵਲੀ ਇਫੈਕਟ ਦਾ ਵੋਟ ਬੈਂਕ ਆਫ ਦਾ ਰੂਲਿੰਗ ਪਾਰਟੀ। ਹਾਊ ਵੀ ਕੈਨ ਸੇ ਦੈਟ ਇਟ ਵਿਲ ਇਫੈਕਟ? ਥਰਡਲੀ, ਇਟ ਹੈਜ਼ ਕਲੀਅਰਲੀ ਇਮਰਜਡ ਫਰੋਮ ਦਾ ਜੁਡੀਸ਼ੀਅਲ ਇੰਟਰਪ੍ਰੀਟੇਸ਼ਨ। ਆ ਜੁਡੀਸ਼ੀਅਲ ਇੰਟਰਪ੍ਰੀਟੇਸ਼ਨ ਇਹਦੀ ਤਾਂ ਸੀ ਕੇਸ਼ਵਾਨੰਦ ਭਾਰਤੀ ਕੇਸ ਦੇ ਵਿੱਚ, ਠੀਕ ਹੈ ਨਾ। ਸੋ ਸੀ ਵਿਲ ਬੀ ਵਟ? ਸੀ ਵਿਲ ਬੀ ਦਾ ਰਾਈਟ ਆਨਸਰ। ਤਾਂ ਬੇਸਿਕ ਸਟਰਕਚਰ ਦੇ ਚੈਪਟਰ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ, ਅਤੇ ਬੇਸਿਕ ਸਟਰਕਚਰ ਦੇ ਨਾਲ ਜਿਹੜੇ ਕੇਸਿਸ ਐਸੋਸੀਏਟਿਡ ਨੇ, ਜਿਵੇਂ ਕੇਸ਼ਵਾਨੰਦ ਭਾਰਤੀ ਕੇਸ ਹੋ ਗਿਆ, ਮਨੇਰਵਾ ਮਿਲਸ ਕੇਸ ਹੋ ਗਿਆ, LIC ਆਫ ਇੰਡੀਆ ਕੇਸ ਹੋ ਗਿਆ, ਠੀਕ ਹੈ। ਤਾਂ ਜਿੰਨੀ ਵੀ ਇਹ ਜੱਜਮੈਂਟਸ ਨੇ, ਸਟਾਰਟਿੰਗ ਫਰੋਮ ਗੋਲਕਨਾਥ ਕੇਸ 1967, ਤਾਂ ਇਹ ਸਾਰੀ ਜੱਜਮੈਂਟਸ ਤੁਹਾਨੂੰ ਕੀ ਹੈ, ਕਲੀਅਰ ਹੋਣੀਆਂ ਚਾਹੀਦੀਆਂ। ਸੋ ਨੈਕਸਟ ਨੈਕਸਟ ਦੇਖੋ, ਐਕਸਪ੍ਰੈਸ਼ਨ ਆਫ ਫੰਡਾਮੈਂਟਲ ਡਿਊਟੀਜ਼, ਕਿ ਫੰਡਾਮੈਂਟਲ ਡਿਊਟੀ ਹੈ ਜਿਹੜੀ ਉਹ ਕਿੱਥੋਂ ਬੋਰੋ ਕੀਤੀ ਹੈ। ਦੇਖੋ, ਜਿਹੜਾ ਆਪਣਾ ਕੰਸਟੀਟਿਊਸ਼ਨ ਹੈ, ਇਟ ਹੈਜ਼ ਬੀਨ ਬੋਰੋਡ ਫਰੋਮ ਮੋਰ ਦੈਨ 60+ ਕੰਟਰੀਜ਼। ਤਾਂ ਬੋਰੋਇੰਗ ਫੀਚਰਸ ਬਹੁਤ ਜ਼ਿਆਦਾ ਨੇ। ਤਾਂ ਬੋਰੋਇੰਗ ਫੀਚਰਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਬੋਰੋਇੰਗ ਫੀਚਰਸ 'ਤੇ ਕੁਐਸਚਨ ਵੀ ਫਰੇਮ ਹੋ ਚੁੱਕੇ ਆ। ਤਾਂ ਇਸ ਕੇਸ ਦੇ ਵਿੱਚ ਫੰਡਾਮੈਂਟਲ ਡਿਊਟੀ ਹੈ ਜਿਹੜੀ ਉਹ ਕਿੱਥੋਂ ਬੋਰੋ ਕੀਤੀ ਹੈ? ਤਾਂ ਇੰਗਲੈਂਡ ਨੋ, ਅਮੈਰੀਕਾ ਨੋ, ਯੈਸ ਫੋਰਮਰ USSR ਵਿਲ ਬੀ ਦਾ ਰਾਈਟ ਆਨਸਰ। ਅੰਡਰਸਟੈਂਡਿੰਗ ਦਾ ਪੁਆਇੰਟ? ਤਾਂ ਇਹਨਾਂ ਸਾਰੀ ਕੰਟਰੀਜ਼ ਤੋਂ ਆਪਾਂ ਕੁਛ ਨਾ ਕੁਛ ਬੋਰੋ ਕੀਤਾ ਹੋਇਆ, ਜਿਵੇਂ ਬ੍ਰਿਟੇਨ ਤੋਂ ਵੀ ਹੈ ਬੋਰੋਡ ਵਟ ਪਾਰਲੀਮੈਂਟਰੀ ਸਟਰਕਚਰ, ਅਮੈਰੀਕਾ ਤੋਂ ਵੀ ਹੈ ਬੋਰੋਡ ਵਟ ਆਫਿਸ ਆਫ ਵਾਈਸ ਪ੍ਰੈਜੀਡੈਂਟ। ਅੰਡਰਸਟੈਂਡਿੰਗ ਦਾ ਪੁਆਇੰਟ? ਸੋ ਸਾਰੀ ਕੰਟਰੀਜ਼ ਤੋਂ ਕੁਛ ਨਾ ਕੁਛ ਬੋਰੋ ਹੈ। ਸੋ ਗੋ ਐਂਡ ਰੀਡ ਆਲ ਦਾ ਬੋਰੋਇੰਗ ਪਾਵਰ, ਬੋਰੋਇੰਗ ਫੀਚਰਸ ਨੇ ਜਿਹੜੀਆਂ ਕੰਸਟੀਟਿਊਸ਼ਨ ਦੀ ਹੈ। ਸੋ ਨੈਕਸਟ ਨੈਕਸਟ ਕੁਐਸਚਨ ਇਜ਼, ਦੇਖੋ ਨਾਓ ਅਗੇਨ ਕੁਐਸਚਨ ਔਨ ਪੰਚਾਇਤ। ਇਨ ਦ ਕੁਐਸਚਨ ਵਾਜ, ਇਹ ਨਗਰ ਪੰਚਾਇਤ ਇਜ਼ ਕੌਨਸਟੀਟਿਊਟਿਡ ਇਨ, ਕਿ ਨਗਰ ਪੰਚਾਇਤ ਨੂੰ ਕਿੱਥੇ ਕੰਸਟੀਟਿਊਟ ਕੀਤਾ ਜਾਂਦਾ? ਸੋ ਓਬਵੀਅਸਲੀ ਸਮਾਲ ਅਰਬਨ ਏਰੀਆ ਇਜ਼ ਦਾ ਰਾਈਟ ਆਨਸਰ। ਜਦੋਂ ਤੁਸੀਂ ਮਿਊਨਿਸਿਪੈਲਿਟੀ ਦਾ ਬੇਸਿਕ ਪੜ੍ਹੋਗੇ, ਤਾਂ ਉੱਥੇ ਤੁਸੀਂ ਪੜ੍ਹੋਗੇ ਤਿੰਨ ਟਾਈਪ ਦੀ ਅਰਬਨ, ਆਪਾਂ ਡਿਵੈਲਪਮੈਂਟ ਹੈ ਜਿਹੜੀ, ਅਰਬਨ ਫਾਰਮ ਆਫ ਗਵਰਨਮੈਂਟ ਹੈ ਉਹਨੂੰ ਕਹਿ ਸਕਦੇ ਹਾਂ। ਫਸਟ ਇਜ਼ ਨਗਰ ਪੰਚਾਇਤ, ਇਟ ਇਜ਼ ਫੋਰ ਐਨ ਵਟ? ਸਮਾਲ ਅਰਬਨ ਏਰੀਆ ਵਿਚ ਇਜ਼ ਰਿਟਨ, ਐਂਡ ਲਾਰਜ ਅਰਬਨ ਏਰੀਆ ਇਜ਼ ਫੋਰ ਵਟ? ਮਿਊਨਿਸਿਪੈਲਿਟੀ। ਐਂਡ ਜਿਹੜਾ ਮੈਟਰੋਪੋਲੀਟਨ ਏਰੀਆ ਹੁੰਦਾ, ਦੈਟ ਇਜ਼ ਜਿਵੇਂ ਫੋਰ ਐਗਜ਼ਾਮਪਲ ਡੈਲੀ, ਮੁੰਬਈ, ਕੋਲਕਾਤਾ, ਤਾਂ ਸਾਰੇ ਕੀ ਹੋ ਗਏ? ਮੈਟਰੋਪੋਲੀਟਨ ਏਰੀਆਜ਼ ਹੋ ਗਏ। ਸੋ ਨਗਰ ਪੰਚਾਇਤ ਇਜ਼ ਕੌਨਸਟੀਟਿਊਟਿਡ ਇਨ ਏ ਸਮਾਲ ਅਰਬਨ ਏਰੀਆ, ਸੋ ਦੈਟ ਵਿਲ ਬਿਕਮ ਵਟ ਦਾ ਰਾਈਟ ਆਨਸਰ। ਤਾਂ ਮਿਊਨਿਸਿਪੈਲਿਟੀ ਅਤੇ ਪੰਚਾਇਤ ਦੇ ਚੈਪਟਰ ਕੀ ਹੈ?
ਦੇ ਆਰ ਵੈਰੀ ਇੰਪੋਰਟੈਂਟ ਫੋਰ ਯੂਅਰ ਪ੍ਰੈਪਰੇਸ਼ਨ ਐਂਡ ਯੂ ਮਸਟ ਰੀਡ ਇਟ ਆਲਸੋ ਸੋ ਨੈਕਸਟ ਕੁਸ਼ਚਨ ਦੇਖੋ ਕੀ ਹੈ ਨੈਕਸਟ ਇਜ਼ ਦਿਸ ਇਜ਼ ਅ ਗੁੱਡ ਕੁਸ਼ਚਨ ਨਾਓ ਦੇਖੋ ਅਗੇਨ ਕੁਸ਼ਚਨ ਔਨ ਪੰਚਾਇਤ ਕਿੰਨੇ ਇੰਪੋਰਟੈਂਟ ਟੋਪਿਕਸ ਨੇ ਪੰਚਾਇਤ ਮਿਊਨਿਸਪੈਲਿਟੀਜ਼ ਤਾਂ ਇਹ ਟੋਪਿਕਸ ਨੂੰ ਤਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਤੁਹਾਡਾ ਗ੍ਰਿਪ ਹੋਣਾ ਚਾਹੀਦਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਕਰੈਕਟ ਇਹ ਪੰਚਾਇਤ ਕੰਸਟੀਟਿਊਟਡ ਆਫਟਰ ਮਿਡ ਟਰਮ ਇਲੈਕਸ਼ਨ ਸ਼ੈਲ ਹੈਵ ਏ ਫੁੱਲ ਟਰਮ ਆਫ 5 ਈਅਰਸ ਯੈਸ ਫੀਚਰ ਹੈ ਪੰਚਾਇਤ ਦਾ ਇਹ 33 ਸੀਟਸ ਇਨ ਪੰਚਾਇਤ ਸ਼ੈਲ ਬੀ ਰਿਜ਼ਰਵਡ ਫੋਰ ਵੂਮੈਨ ਯੈਸ ਕਿ 1/3 ਸੀਟ ਸ਼ੁੱਡ ਬੀ ਰਿਜ਼ਰਵਡ ਫੋਰ ਵੂਮੈਨ ਆਲਸੋ ਪੰਚਾਇਤ ਸਮਿਤੀਜ਼ ਮੇ ਨੋਟ ਬੀ ਕੰਸਟੀਟਿਊਟਡ ਇਨ ਸਟੇਟ ਹੈਵਿੰਗ ਏ ਪਾਪੂਲੇਸ਼ਨ ਨੋਟ ਐਕਸੀਡਿੰਗ 20 ਲੱਖ ਯੈਸ ਦੇਖੋ ਪੰਚਾਇਤ ਸਿਸਟਮ ਦੇ ਵਿੱਚ ਕੀ ਹੈ ਜਿਵੇਂ ਬਿਲਕੁਲ ਬੇਸਿਕ ਲੈਵਲ 'ਤੇ ਕੀ ਹੁੰਦਾ ਆਪਣਾ ਵਿਲੇਜ ਵਿਲੇਜ ਲੈਵਲ 'ਤੇ ਕੀ ਹੁੰਦੀ ਹੈ ਪੰਚਾਇਤ ਸਿਸਟਮ ਐਂਡ ਇੰਟਰਮੀਡੀਏਟ ਲੈਵਲ 'ਤੇ ਕੀ ਹੁੰਦੀ ਹੈ ਪੰਚਾਇਤ ਸਮਿਤੀ ਪੰਚਾਇਤ ਸਮਿਤੀ ਤੋਂ ਬਾਅਦ ਕੀ ਹੁੰਦਾ ਜ਼ਿਲ੍ਹਾ ਪਰਿਸ਼ਦ ਜ਼ਿਲ੍ਹਾ ਪਰਿਸ਼ਦ ਕਿੱਥੇ ਹੁੰਦਾ ਡਿਸਟ੍ਰਿਕਟ ਲੈਵਲ 'ਤੇ ਤਾਂ ਕੋਨਸਟੀਟਿਊਸ਼ਨ ਕੀ ਕਹਿੰਦਾ ਹੈ ਕਿ ਪੰਚਾਇਤ ਦੇ ਅੰਡਰ ਕਿ ਪੰਚਾਇਤ ਸਮਿਤੀ ਨਹੀਂ ਬਣੂਗੀ ਵੈਸੇ 3-tier ਸਟਰਕਚਰ ਹੋਊਗਾ ਜੇ ਜਿੱਥੇ ਜਿਹੜੀ ਸਟੇਟ ਦੀ ਪਾਪੂਲੇਸ਼ਨ 20 ਲੱਖ ਤੋਂ ਘੱਟ ਹੈ ਉਹਨੂੰ ਕੀ ਆ ਪੰਚਾਇਤ ਸਮਿਤੀ ਡਿਵੈਲਪ ਕਰਨ ਦੀ ਕੀ ਆ ਲੋੜ ਨਹੀਂ ਹੈ ਸੋ ਦਿਸ ਇਜ਼ ਕਰੈਕਟ ਸੋ ਸਾਰੀ ਸਟੇਟਮੈਂਟਸ ਕਰੈਕਟ ਨੇ ਡੀ ਵਿਲ ਬੀ ਦਾ ਰਾਈਟ ਆਨਸਰ ਅੰਡਰਸਟੈਂਡਿੰਗ ਦਾ ਪੁਆਇੰਟ ਸੋ ਤੁਹਾਨੂੰ ਸਾਰੇ ਫੀਚਰਸ ਕੀ ਆ ਯਾਦ ਹੋਣੇ ਚਾਹੀਦੇ ਨੇ ਐਂਡ ਮੋਸਟ ਇੰਪੋਰਟੈਂਟਲੀ ਇੱਕ ਯਾਦ ਰੱਖਿਓ ਆਰਟੀਕਲ 243 ਤੋਂ ਲੈ ਕੇ 243O ਇਜ਼ ਮਿਊਨਿਸਪੈਲਿਟੀਜ਼ ਆਰਟੀਕਲ 243P-Z ਇਜ਼ ਮਿਊਨਿਸਪੈਲਿਟੀਜ਼ ਸੋ ਈਵਨ ਦੇਰ ਆਰਟੀਕਲ ਸ਼ੁੱਡ ਬੀ ਰਿਮੈਂਬਰਡ ਨਾਓ ਕਿ ਆਰਟੀਕਲ 243 ਕੀ ਹੈ ABCD ਸੋ ਐਵਰੀਥਿੰਗ ਯੂ ਮਸਟ ਨੋ ਕਲੀਅਰ ਸਟੂਡੈਂਟਸ ਠੀਕ ਹੈ ਸੋ ਨੈਕਸਟ ਕੁਸ਼ਚਨ ਇਜ਼ ਵਿਚ ਵਨ ਆਫ ਦਾ ਫੋਲੋਇੰਗ ਵਰਡਸ ਅਪੀਅਰ ਫਸਟ ਇਨ ਦਾ ਪ੍ਰੀਐਂਬਲ ਆਫ ਦਾ ਕੰਸਟੀਟਿਊਸ਼ਨ ਤਾਂ ਦੇਖੋ ਵੈਰੀ ਈਜ਼ੀ ਕੁਸ਼ਚਨ ਇਫ ਯੂ ਨੋ ਦਾ ਪ੍ਰੀਐਂਬਲ ਆ ਦੇਖੋ ਪ੍ਰੀਐਂਬਲ ਸਾਰਾ ਤੁਹਾਨੂੰ ਵਿਜ਼ੀਬਲ ਹੈ ਕੀ ਮੈਨਸ਼ਨ ਹੈ ਵੀ ਦਾ ਪੀਪਲ ਆਫ ਇੰਡੀਆ ਹੈਵਿੰਗ ਸੋਲਮਨਲੀ ਰਿਜ਼ੋਲਵਡ ਟੂ ਕੋਨਸਟੀਟਿਊਟ ਇੰਡੀਆ ਇਨ ਟੂ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੇਟਿਕ ਰਿਪਬਲਿਕ ਐਂਡ ਟੂ ਸਿਕਿਓਰ ਆਲ ਇਟਸ ਸਿਟੀਜ਼ਨਸ ਜਸਟਿਸ ਲਿਬਰਟੀ ਇਕੁਐਲਿਟੀ ਫਰੈਟਰਨਿਟੀ ਸੋ ਕੁਸ਼ਚਨ ਕੀ ਫਰੇਮ ਕੀਤਾ ਹੈ ਕਿ ਕਿਹੜਾ ਕੁਸ਼ਚਨ ਪਹਿਲਾਂ ਅਪੀਅਰ ਹੋਇਆ ਪ੍ਰੀਐਂਬਲ ਦੇ ਵਿੱਚ ਸੋ ਤੁਹਾਨੂੰ ਪ੍ਰੀਐਂਬਲ ਪਤਾ ਹੋਣਾ ਚਾਹੀਦਾ ਸੋ ਦਾ ਰਾਈਟ ਆਨਸਰ ਇਨ ਦਿਸ ਕੇਸ ਵਿਲ ਬੀ ਵਟ ਬੀ ਜਸਟਿਸ ਦੇਖੋ ਜਸਟਿਸ ਕੀ ਹੈ ਪ੍ਰੀਐਂਬਲ ਦੇ ਵਿੱਚ ਪਹਿਲਾਂ ਮੈਂਸ਼ਨਡ ਹੈ ਹੇਅਰ ਇਜ਼ ਵਟ ਜਸਟਿਸ ਜਸਟਿਸ ਤੋਂ ਬਾਅਦ ਕੀ ਆ ਰਿਹਾ ਲਿਬਰਟੀ ਦੈਨ ਜਸਟਿਸ ਲਿਬਰਟੀ ਇਕੁਐਲਿਟੀ ਐਂਡ ਦੈਨ ਫਰੈਟਰਨਿਟੀ ਤਾਂ ਤੁਹਾਨੂੰ ਇਹ ਵੀ ਕੁਸ਼ਚਨ ਆ ਸਕਦਾ ਪ੍ਰੀਐਂਬਲ ਨੂੰ ਚੰਗੀ ਤਰ੍ਹਾਂ ਰੱਟ ਕੇ ਜਾਇਓ ਕਿ ਜਸਟਿਸ ਦੇ ਵਿੱਚ ਕੀ ਚੀਜ਼ਾਂ ਨੇ ਜਸਟਿਸ ਇਨਕਲੂਡ ਸੋਸ਼ਲ ਇਕੋਨਮਿਕ ਐਜ਼ ਵੈਲ ਐਜ਼ ਪੋਲੀਟੀਕਲ ਲਿਬਰਟੀ ਆਲਸੋ ਇਨਕਲੂਡਸ ਥੋਟ ਐਕਸਪ੍ਰੈਸ਼ਨ ਬਿਲੀਫ ਫੇਥ ਐਂਡ ਵਰਸ਼ਿਪ ਸੋ ਐਵਰੀਥਿੰਗ ਯੂ ਮਸਟ ਨੋ ਅਬਾਊਟ ਪ੍ਰੀਐਂਬਲ ਆਹ ਸਾਰਾ ਪ੍ਰੀਐਂਬਲ ਤੁਹਾਨੂੰ ਯਾਦ ਹੋਣਾ ਚਾਹੀਦਾ ਐਂਡ ਕੇਸਿਸ ਰਿਲੇਟਿਡ ਟੂ ਪ੍ਰੀਐਂਬਲ ਆਲਸੋ ਨਾਓ ਦੇਖੋ ਇਹ 2012 ਦਾ ਪੇਪਰ ਹੈ ਸੋ ਕਈ ਕੁਸ਼ਚਨ ਉਸ ਟਾਈਮ ਫਰੇਮ ਕੀਤੇ ਗਏ ਜੋ ਕਰੰਟ ਉਸ ਟਾਈਮ ਚੀਜ਼ਾਂ ਹੋਈਆਂ ਕਿਉਂਕਿ ਤੁਸੀਂ ਪੰਜਾਬ PCS ਦੇ ਸਿਲੇਬਸ ਨੂੰ ਜੇ ਕੰਪਲੀਟਲੀ ਦੇਖੋਗੇ ਨਾ ਤਾਂ ਯੂ ਵਿਲ ਬੀ ਰਿਲਾਈਜ਼ਿੰਗ ਅਤੇ ਦੇ ਹੈਵ ਮੈਂਸ਼ਨਡ ਪੋਲੀਟੀਕਲ ਥਿਊਰੀਜ਼ ਇਨ ਯੋਰ ਪੰਜਾਬ PCS ਸਿਲੇਬਸ ਤਾਂ ਇੱਕ ਸਟੇਟਮੈਂਟ ਫਰੇਮ ਕੀਤੀ ਹੈ ਇਹਨਾਂ ਨੇ ਕਿ ਇਨ 2012 ਹੂ ਸੈਡ ਕੋਆਲੀਸ਼ਨ ਪੋਲੀਟਿਕਸ ਹੈ ਸਲੋਡ ਪੇਸ ਆਫ ਰਿਫੋਰਮਸ ਤਾਂ ਦੇਖੋ 1989 ਤੋਂ ਲੈ ਕੇ 2014 ਤੱਕ ਦਾ ਜਿਹੜਾ ਪੀਰੀਅਡ ਹੈ ਇਟ ਵਾਜ਼ ਵਟ ਕੋਆਲੀਸ਼ਨ ਪੋਲੀਟਿਕਸ
2014 ਤੋਂ ਲੈ ਕੇ 2024 ਤੱਕ ਕੀ ਰਹੀ ਹੈ? ਮੈਜੋਰੀਟੇਰੀਅਨ ਗਵਰਨਮੈਂਟ, ਕਿ ਗਵਰਨਮੈਂਟ ਨੂੰ ਕੀ ਹੈ, ਕੋਐਲੀਸ਼ਨ ਪੋਲੀਟਿਕਸ ਨਹੀਂ, ਸਿੰਗਲ ਪਾਰਟੀ ਮੈਜੋਰਿਟੀ ਰਹੀ ਹੈ। ਅਤੇ ਹੁਣ ਅਗੇਨ 2024 ਦੇ ਵਿੱਚ ਕੋਐਲੀਸ਼ਨ ਹੈਜ਼ ਅ, ਹੁਣ ਰੀਸੈਂਟ ਰਿਜ਼ਲਟਸ ਦੇ ਵਿੱਚ ਕੀ ਹੋਇਆ, ਕੋਐਲੀਸ਼ਨ ਪੋਲੀਟਿਕਸ ਹੈਜ਼ ਅਗੇਨ ਕਮ ਇਨ ਟੂ ਦਾ ਪਿਕਚਰ, ਨੋ ਪਾਰਟੀ ਹੈਜ਼ ਗੋਟ ਐਨ ਮੈਜੋਰਿਟੀ। ਤਾਂ ਇਹਨਾਂ ਨੇ ਸਟੇਟਮੈਂਟ ਫਰੇਮ ਕੀਤੀ ਸੀ ਕਿ ਇਹ ਚੀਜ਼ ਕਿਸ ਨੇ ਕਹੀ ਹੈ ਕਿ ਕੋਐਲੀਸ਼ਨ ਪੋਲੀਟਿਕਸ ਦੇ ਨਾਲ ਕੀ ਹੈ, ਰਿਫੋਰਮਸ ਨੇ ਜਿਹੜੇ, ਸੁਧਾਰ ਨੇ, ਉਹਨਾਂ ਦੀ ਪੇਸ ਹੈ ਜਾਂ ਡਿਵੈਲਪਮੈਂਟ ਕੀ ਹੈ, ਸਲੋ ਹੋ ਰਹੀ ਹੈ। ਸੋ ਪ੍ਰਣਬ ਮੁਖਰਜੀ ਹੈ ਸੈਡ ਦੈਟ ਥਿੰਗ। ਜੇ ਤੁਸੀਂ ਉਸ ਟਾਈਮ ਨਿਊਜ਼ ਪੇਪਰ ਪੜ੍ਹ ਰਹੇ ਸੀ, ਦੈਨ ਯੂ ਕੈਨ ਗੈਟ ਦੈਟ ਕੁਐਸਚਨ ਕਰੈਕਟ ਆਲਸੋ। ਸੋ ਨੈਕਸਟ ਇਜ਼, ਹੂ ਇਜ਼ ਦਾ ਪ੍ਰੈਜੈਂਟ ਚੀਫ ਕਮਿਸ਼ਨਰ ਆਫ ਇੰਡੀਆ? ਪ੍ਰੈਜੈਂਟ ਚੀਫ ਕਮਿਸ਼ਨਰ ਇਨ ਕੰਟੈਕਸਟ ਆਫ 2012, 2012 'ਚ ਪੁੱਛ ਰਹੇ ਨੇ। 2012 ਦੇ ਅਕੋਰਡਿੰਗਲੀ ਕੁਰੇਸ਼ੀ ਜੀ ਵਾਜ਼ ਦਾ ਵਟ, ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ। ਐਂਡ ਜੇ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ, ਫਸਟ ਚੀਫ ਇਲੈਕਸ਼ਨ ਕਮਿਸ਼ਨਰ ਹੂ ਵਾਜ਼ ਦੇ, ਦੈਟ ਇਜ਼ ਸੇਨ, ਐਸ ਵਾਈ ਸੇ। ਐਂਡ ਹੁਣ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ, ਦੈਟ ਇਜ਼ 25th ਚੀਫ ਇਲੈਕਸ਼ਨ ਕਮਿਸ਼ਨਰ, ਦੈਟ ਇਜ਼ ਰਾਜੀਵ ਕੁਮਾਰ। ਠੀਕ ਹੈ ਜੀ, ਤਾਂ ਆਹ 12 ਕੁਐਸਚਨ ਨੇ ਜਿਹੜੇ ਤੁਹਾਡੇ, ਇਹ ਕਵਰਡ ਹੋਏ ਨੇ ਪੰਜਾਬ PCS 2012 ਦੇ ਵਿੱਚ। ਅਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਕਿ 2013 ਦੇ ਵਿੱਚ ਪੋਲਿਟੀ ਦੇ ਕੀ ਕੁਐਸਚਨ ਆਏ ਨੇ। ਹੋਪ ਦਿਸ ਇਜ਼ ਯੂਸਫੁੱਲ। ਜੇ ਤੁਹਾਨੂੰ ਚੰਗਾ ਲੱਗਿਆ ਤਾਂ ਡੂ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਦ ਚੈਨਲ। ਠੀਕ ਹੈ ਜੀ, ਸ਼ੇਅਰ ਕਰੋ ਆਪਣੇ ਫਰੈਂਡਸ ਨਾਲ, ਤਾਂ ਕਿ ਵੱਧ ਤੋਂ ਵੱਧ ਉਹਨਾਂ ਦੀ ਵੀ ਇਨਸਾਈਟ ਸਟਰੋਂਗ ਹੋ ਸਕੇ ਕਿ ਕਿਸ ਟਾਈਪ ਦਾ ਪੇਪਰ ਹੈ ਜਿਹੜਾ ਤੁਹਾਨੂੰ ਐਕਸਪੈਕਟਡ ਹੋ ਸਕਦਾ। ਮੈਂ ਤੁਹਾਨੂੰ ਸਟ੍ਰੈਟਜੀ ਵੀ ਦੱਸੂੰਗਾ ਕਿ ਹੁਣ ਨਾਲ ਨਾਲ ਮੈਂ ਤੁਹਾਨੂੰ ਦੱਸਿਆ ਕੀ ਚੀਜ਼ਾਂ ਪੜ੍ਹਨੀਆਂ। ਵੀਡੀਓ ਕੰਪਲੀਟ ਹੋ ਜਾਣ ਦਿਓ ਪੋਲੀਟਿਕਸ ਦੀ, ਦੈਨ ਮੈਂ ਤੁਹਾਨੂੰ ਦੱਸੂੰਗਾ ਕਿ ਕਿਹੜੇ ਮੋਸਟ ਇੰਪੋਰਟੈਂਟ ਟੋਪਿਕਸ ਨੇ। ਇੱਕ ਸਾਲ ਦੇ ਪੇਪਰ ਕਰਕੇ ਨਹੀਂ, ਆਪਾਂ 5 ਈਅਰਸ ਦੇ ਪੇਪਰ ਦੇਖ ਕੇ ਵਿਲ ਬੀ ਐਨਾਲਾਈਜ਼ਿੰਗ ਐਂਡ ਅਸੈਸਿੰਗ ਕਿ ਵਟ ਆਰ ਦਾ ਮੋਸਟ ਇੰਪੋਰਟੈਂਟ ਟੋਪਿਕਸ ਵਿੱਚ ਯੂ ਨੀਡ ਟੂ ਸਟੱਡੀ। ਥੈਂਕ ਯੂ।